ਆਈਏ ਜਾਣਦੇ ਹਾਂ ਪੰਜਾਬੀ ਦੀਆਂ ਖਬਰਾਂ ਸਾਡੇ ਆਪਣੇ ਸੁਰੇਸ਼ ਮੱਕੜ ਜੀ ਦੇ ਨਾਲ ਮੈਂ ਸੁਰੇਸ਼ ਮੱਕੜ ਤੁਹਾਡਾ ਸਾਰਿਆਂ ਦਾ ਫ੍ਰੈਂਡਸ ਵਰ ਟੀਵੀ ਤੇ ਨਿਗਾ ਨਿਗਾ ਸਵਾਗਤ ਕਰਦਾ ਪਹਿਲਾਂ ਇਸ ਬੁਲਟਨ ਦੀਆਂ ਮੁੱਖ ਖਬਰਾਂ ਫਰਾਂਸ ਤੇ ਇੰਗਲੈਂਡ ਵਿੱਚ ਫਿਰ ਤੋਂ ਹੋਇਆ ਲੋਕਡਾਊਨ ਕਰੋਨਾ ਇਨਫੈਕਟਿਡਾਂ ਲਈ ਐਂਟੀਬਾਡੀ ਥੈਰੇਪੀ ਖੋਜ ਦਾਵਾ ਜਲਦ ਉੱਭਰ ਸਕਦੇ ਨੇ ਮਰੀਜ਼ ਫਰਾਂਸ ਚ ਵਿਰੋਧੀ ਧਿਰ ਦੀ ਮੰਗ ਪਾਕਿਸਤਾਨੀਆਂ ਦੀ ਐਂਟਰੀ ਤੇ ਲਾਇਆ ਜਾਵੇ ਬੈਨ ਤੁਰਕੀ ਚ ਪੁਚਾਲ 22 ਲੋਕਾਂ ਦੀ ਮੌਤ 709 ਜ਼ਖਮੀ ਪਲਝ ਢੇਰੀ ਹੋਈਆਂ ਉੱਚੀਆਂ ਇਮਾਰਤਾਂ ਤਾਂਬੇ ਦੇ ਭਾਂਡੇ ਚ ਪਾਣੀ ਪੀਣਾ ਬੇਹਦ ਗੁਣਕਾਰੀ ਹੈ ਹੁੰਦੀਆਂ ਹਨ ਕਈ ਬਿਮਾਰੀਆਂ ਦੂਰ ਤੇ ਹੁਣ ਖਬਰਾਂ ਬਿਸਤਾਨ ਦਾ ਫਰਾਂਸ ਤੇ ਇੰਗਲੈਂਡ ਤੇ ਫਿਰ ਲੋਕਡਾਊਨ ਵਿੱਚ ਆ ਰਹੇ ਹਨ ਕਿਉਂਕਿ ਇੱਥੇ ਕੋਰੋਨਾ ਵਾਇਰਸ ਦੀ ਗਿਤੀ ਬੜੀ ਵੱਧ ਰਹੀ ਹੈ ਫਲਾਂ ਤੇ ਇੰਗਲੈਂਡ ਦੀਆਂ ਸਰਕਾਰਾਂ ਨੇ ਕੋਰੋਨਾ ਵਾਇਰਸ ਦੇ ਮਾਮਲੇ 'ਚ ਫਿਰ ਤੋਂ ਹੋ ਰਹੀ ਤੇਜ਼ੀ ਤੋਂ ਬਾਅਦ ਦੇਸ਼ 'ਚ 4 ਹਫ਼ਤਿਆਂ ਦਾ ਲੋਕਡਾਊਨ ਲਗਾਇਆ ਹੈ। ਲੋਕਡਾਊਨ ਤਹਿਤ ਲੋਕਾਂ ਨੂੰ ਘਰਾਂ 'ਚ ਰਹਿਣ ਨੂੰ ਕਿਹਾ ਗਿਆ ਹੈ ਅਤੇ ਬਾਹਰ ਨਿਕਲਣ ਤੇ ਜੁਰਮਾਨਾ ਜਾਂ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਰ ਕਸਰਤ ਕਰਨ ਲਈ 1 ਘੰਟਾ ਬਾਹਰ ਨਿਕਲਣਾ ਜਾਂ ਇਲਾਜ ਜਾਂ ਜ਼ਰੂਰੀ ਚੀਜ਼ਾਂ ਲਈ ਦੁਕਾਨ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। कोरोना इन्फेक्टर ਨਾਲ ਲਈ ਨਵੀਂ ਐਂਟੀਬਾਡੀ ਥੈਰੇਪੀ ਖੋਜ ਦਾਵਾ ਜਲਦ ਉੱਪਰ ਸਕਦੇ ਹਨ ਮਰੀਜ਼ 코로나 ਵਾਇਰਸ ਕਾਰਨ ਦੁਨੀਆ ਭਰ ਚ ਫੈਲੀ ਮਹਾਮਾਰੀ ਕੋਵਿਡ-19 ਤੋਂ ਛੁਟਕਾਰਾ ਪਾਣ ਲਈ ਗਲੋਬਲ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ। तमाम ਦੇਸ਼ ਆਪਣੇ ਪੱਧਰ ਤੇ ਇਨਫੈਕਸ਼ਨ ਲਈ ਟੈਸਟ, ਵੈਕਸੀਨ ਅਤੇ ਕਾਰਗਾਰ ਦਵਾਈਆਂ ਨੂੰ ਲੈ ਕੇ ਖੋਜ ਕਰ ਰਹੇ ਹਨ। ਇਸ ਲੜੀ ਚ ਘਾਤਕ ਕੋਰੋਨਾ ਵਾਇਰਸ ਦੀ ਲਪੇਟ ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਇੱਕ ਨਵੀਂ ਐਂਟੀਬਾਡੀ ਥੈਰੇਪੀ ਨੂੰ ਲੈ ਕੇ ਅਧਿਐਨ ਕੀਤਾ ਗਿਆ ਹੈ। ਅਧਿਐਨ ਦਾ ਦਾਵਾ ਹੈ ਕਿ ਉਕਤ ਥੈਰੇਪੀ ਨੂੰ ਇਸਤੇਮਾਲ ਕਰਨ ਨਾਲ ਮਰੀਜ਼ਾਂ ਨੂੰ ਜ਼ਿਆਦਾ ਸਮੇਂ ਤੱਕ ਹਸਪਤਾਲ 'ਚ ਦਾਖਲ ਨਹੀਂ ਰਹਿਣਾ ਹੋਵੇਗਾ ਅਤੇ ਉਹਨਾਂ ਨੂੰ ਇਸ ਤੋਂ ਜਲਦ ਹੀ ਛੁਟਕਾਰਾ ਵੀ ਮਿਲ ਜਾਏਗਾ। ਅਜਿਹੇ ਇਨਫੈਕਟਡ ਮਰੀਜ਼ਾਂ ਨੂੰ ਉਹਨਾਂ ਲੋਕਾਂ ਦੀ ਤੁਲਨਾ 'ਚ ਐਮਰਜੈਂਸੀ ਡਾਕਟਰੀ ਤੇ ਹਸਪਤਾਲ ਵਿੱਚ ਕਟ ਜ਼ਰੂਰੀ ਪੈ ਸਕਤੇ ਹੈ। ਫਰਾਂਸ ਵਿਰੋਧੀ ਤਹਿਦੀ ਮੰਗ ਪਾਕਿਸਤਾਨੀਆਂ ਦੀ ਐਂਟਰੀ ਤੇ ਲਾਇਆ ਜਾਵੇ ਬੈਨ। ਫਰਾਂਸ ਵਿੱਚ ਅਕਤੂਬਰ ਮਹੀਨੇ ਵਿੱਚ ਹੋਏ ਦੋ ਅੱਤਵਾਦੀ ਹਮਲਿਆਂ ਤੋਂ ਬਾਅਦ ਅੱਤਵਾਦ ਦੇ ਖਿਲਾਫ ਵੱਡੇ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਮੈਰਨ ਲੇ ਪੈਨ ਨੇ ਹੁਣ ਸਰਕਾਰ ਤੋਂ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਜੁੜੀ ਇੱਕ ਅਜਿਹੀ ਮੰਗ ਕਰ ਦਿੱਤੀ ਹੈ ਕਿ ਜੋ ਇਹਨਾਂ ਦੇਸ਼ਾਂ ਵਿੱਚੋਂ ਖਾਸ ਤੌਰ ਤੇ ਪਾਕਿਸਤਾਨੀਆਂ ਦੀਆਂ ਮੁਸ਼ਕਲਾਂ ਵਧਾਉਣ ਵਾਲੀਆਂ ਹਨ। ਪੈਨ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆ ਕੇ ਇੱਥੇ ਵੱਸਣ ਵਾਲੇ ਅੱਪਰ ਵਾਸੀਆਂ ਤੇ ਬੈਨ ਲਗਾ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਦੱਖਣੀ ਏਸ਼ੀਆ ਦੇ ਇਹਨਾਂ ਦੋਨਾਂ ਦੇਸ਼ਾਂ ਵਿੱਚ ਹੋਣ ਵਾਲੇ ਰੋਸ ਮੁਜ਼ਾਹਰਿਆਂ ਚ ਚੱਲਦੇ ਕੀਤੀ ਤੁਹਾਨੂੰ ਦੱਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਅਮਾਲੂ ਮੈਕਰੋਨ ਨੇ ਵੱਲੋਂ ਕੀਤੀ ਗਈ ਟਿੱਪਣੀ ਤੋਂ ਨਰਾਜ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲੋਕ ਵੱਡੇ ਪੈਮਾਨੇ ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਤੁਰਕੀ ਵਿੱਚ ਪੁਚਾਲ ਆਇਆ ਤੇ 22 ਲੋਕਾਂ ਦੀ ਮੌਤ 709 ਜ਼ਖਮੀ ਪੰਜ ਢੇਰੀ ਹੋਈਆਂ। ਉੱਚੀਆਂ ਇਮਾਰਤਾਂ ਤੁਰਕੀ ਦੇ ਇਜਮਾਹਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੁਚਾਲ ਕਾਰਨ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਲੋਕ ਜ਼ਖਮੀ ਹੋ ਗਏ ਹਨ। ਤੁਰਕੀ ਦੇ ਰਾਸ਼ਟਰਪਤੀ ਰੈਸਪ ਤਾਈਪੇ ਅਤੇ ਅਰਦੋਗਨ ਨੇ ਇਸਤਬਲ ਵਿੱਚ ਇੱਕ ਟੀਵੀ ਦੇ ਸੰਬੰਧ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਅਰਦੋਗਨ ਨੇ ਕਿਹਾ ਕਿ ਭੁਚਾਲ ਕਾਰਨ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਤੁਰਕੀ ਦੇ ਪੱਛਮੀ ਖੇਤਰ ਵਿੱਚ ਸਥਿਤ ਇਮਜ਼ਾਰ ਸ਼ਹਿਰ ਵਿੱਚ ਭੁਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ ਕਈ ਇਮਾਰਤਾਂ ਤੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਿਆ ਤਸਵੀਰਾਂ ਦੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਤਾਸ਼ ਦੇ ਪੱਤਿਆਂ ਵਾਂਗ ਟਹਿ ਗਈਆਂ ਤੇ ਉਹ ਥੱਲੇ ਢੇਰੀ ਹੋ ਗਈਆਂ ਤੁਰਕੀ ਦੀ ਐਮਰਜੈਂਸੀ ਏਜੰਸੀ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਇਜ਼ਮਹਾਰ ਸ਼ਹਿਰ ਵਿੱਚ ਮਹਿਸੂਸ ਕੀਤੇ ਗਏ ਤੇ ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.6 ਮਾਪੀ ਗਈ। ਹੁਣ ਇੱਕ ਸਿਡਨੀ ਦੀ ਖਬਰ। ਪਿਛਲੇ ਹਫ਼ਤੇ ਇਹ ਸਿਡਨੀ ਵਿੱਚ ਸਤਪਾਲ ਢਿੰਗੜਾ ਦੇ ਸੁਪੁੱਤਰ ਨੀਤਨ ਦਾ ਵਿਆਹ ਤਨੂੰ ਨਾਲ ਹੋਇਆ ਤੇ ਫਰੈਂਡਸ ਵਰਟੀਬੀ ਨੇ ਉਸ ਨੂੰ ਕਵਰ ਕੀਤਾ ਤੇ ਉਸ ਨੂੰ ਪਰਿਵਾਰ ਨੂੰ ਸਪੂਨੀਆ ਵਧਾਈਆਂ ਦਿੱਤੀਆਂ। ਤੇ ਹੁਣ ਹੈਲਥ ਟਿਪ ਵਿੱਚ ਅੱਜ ਦਾ ਸੁਝਾਅ ਨਵਾਂ ਆਇਆ ਹੈ ਕਿ ਤਾਂਬੇ ਦੇ ਬਰਤਨ ਵਰਤ ਨਾਲ ਕੀ ਫਾਇਦੇ ਹੋ ਸਕਦੇ ਹਨ ਤਾਂਬੇ ਦੇ ਭਾਂਡੇ ਚ ਪਾਣੀ ਪੀਣਾ ਬਹਿਤ ਗੁਣਕਾਰੀ ਹੁੰਦਿਆ ਹੈ ਤੇ ਇਹਨਾਂ ਬਿਮਾਰੀਆਂ ਤੋਂ ਵੀ ਕਈ ਛੁਟਕਾਰਾ ਦੰਦੀ ਹੈ ਤਾਂਬਾ ਪੁਰਾਣੇ ਸਮੇਂ ਤੋਂ ਹੀ ਭਾਂਡੇ ਵਜੋਂ ਵਰਤੇ ਹੋਣ ਵਾਲੀਆਂ ਧਾਤਾਂ 'ਚ ਆਪਣਾ ਪ੍ਰਮੁੱਖ ਸਥਾਨ ਰੱਖਣ ਵਾਲੀ ਧਾਤ ਸੀ ਪਹਿਲਾਂ ਇਸ ਧਾਤ ਦੀ ਵਰਤੋਂ ਵੱਤਬਦ ਲੋਕਾਂ ਦੁਆਰਾ ਕੀਤੀ ਜਾਂਦੀ ਸੀ ਜਦਕਿ ਅੱਜ ਦੇ ਸਮੇਂ 'ਚ ਵਿਕਲਪ ਵਜੋਂ ਹੋਰ ਧਾਤਾਂ ਦੇ ਆ ਜਾਣ ਨਾਲ ਇਹਨਾਂ ਦੀ ਧਾਤ ਦੀ ਵਰਤੋਂ ਵਿੱਚ ਦਿਲਚਸਪੀ ਬੜੀ ਘਟ ਗਈ ਹੈ ਅੱਜ ਇਸ ਦੀ ਵਰਤੋਂ ਬਹੁਤ ਥੋੜੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਅੱਜ ਇਸ ਦੀ ਵਰਤੋਂ ਦੀ ਉਪਯੋਗਤਾ ਨੂੰ ਪੂਰੀ ਤਰ੍ਹਾਂ ਅੱਖੋਂ-ਓਹਲੇ ਕੀਤਾ ਜਾਂਦਾ ਹੈ ਜਿਸ ਕਰਕੇ ਅੱਜ ਦੇ ਸਮੇਂ 'ਚ ਵੱਧ ਚੁੱਕੀਆਂ ਬਿਮਾਰੀਆਂ ਦਾ ਕਾਰਨ ਲੋਕਾਂ ਦੁਆਰਾ ਇਹੋ ਜਿਹੀ ਅਧਯੋਗੀ ਧਾਤ ਨੂੰ ਅੱਖੋਂ-ਓਹਲੇ ਕਰ ਦੇਣਾ ਹੀ ਕਿਹਾ ਜਾ ਸਕਦਾ ਹੈ ਜੇਕਰ ਅਸੀਂ ਦੇਖੀਏ ਤਾਂ ਪੁਰਾਣੇ ਸਮੇਂ 'ਚ ਮੁਲਕ ਤਾਂਬਾ ਧਾਤ ਦੀ ਵਰਤੋਂ 'ਚ ਖਾਣਾ ਪਕਾਉ ਪਾਣੀ ਇਕੱਠਾ ਕਰਕੇ ਰੱਖਣ ਵਾਲੇ ਭਾਂਡੇ ਦੇ ਰੂਪ ਕਰਦਾ ਸੀ ਜਦ ਕਿ ਅੱਜ ਅਸੀਂ ਸਭ ਭੁਲਾ ਦਿੱਤਾ ਹੈ ਅੱਜ ਜਦੋਂ ਬਿਮਾਰੀਆਂ ਇੰਨੀਆਂ ਵੱਧ ਗਈਆਂ ਹਨ ਕਿ ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੇ ਪੁਰਾਣੇ ਜੀਵਨ ਚ ਜੋ ਬਦਲਾਅ ਕੀਤੇ ਹਨ ਉਹਨਾਂ ਚ ਪੁਰਾਣੇ ਸਮੇਂ ਦੇ ਉਪਯੋਗੀ ਨਿਯਮਾਂ ਨੂੰ ਮੋਢ ਤੋਂ ਸਹਾਰ ਕਰਕੇ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਜੀਵਨ ਨੂੰ ਰੋਗ ਮੁਕਤ ਬਣਾਉਣ ਵੱਲ ਵਧਾਈਏ ਪੁਰਾਣੇ ਜ਼ਮਾਨੇ ਚ ਤਾਂਬਾ ਯੂਜ਼ ਕਰਦੇ ਸੀਗੇ ਤੇ ਅਸੀਂ ਵੀ ਹੁਣ ਤਾਂਬਾ ਯੂਜ਼ ਕਰੀਏ ਤਾਂ ਕਿ ਕੁਝ ਬਿਮਾਰੀਆਂ ਅਸੀਂ ਆਪਣੀ ਜ਼ਿੰਦਗੀ ਚੋਂ ਕੱਢ ਸਕੀ ਆ ਇਸ ਦੇ ਨਾਲ ਹੀ ਇਸ ਬੁਲਟਨ ਦੀਆਂ ਖਬਰਾਂ ਖਤਮ ਹੋਈਆਂ ਧੰਨਵਾਦ ਧੰਨਵਾਦ ਧੰਨਵਾਦ